दिवंगत आत्मा की सदगति में किसी प्रकार का विघ्न ना आए, हे प्रभु प्रार्थना है। तो सभी उस ब्रह्म के आगे प्रार्थना करते हुए गणेश महाराज का ध्यान। ओम गजाननम गणाधिशेतम कपितजम फल चारु भक्षणम उमा सतम शोक विनाशकारकम नमामि विघ्नेश्वरम पाद पंकजम वक्रतुंड महाकाय सूर्यकोटि समर्पणम् कुर्मदेव सर्वकारेषु सर्वदा। भगवान विष्णु का ध्यान। वैकुंठ लोक के स्वामी दिवंगत आत्मा को वैकुंठ प्रदान करें। ओम विष्णवे नमः। ओम नमो भगवते वासुदेव। लेकिन हमारी समझ यही है कि जब जीव इस संसार से जाता है तो मनुखी योनि हमें मिली है, मनुखी योनि। अब इसमें दो ऑप्शन है, या तो कुकर्म करके हमने फिर से नीचे पशु योनियों में जाना है, या सत्कर्म करके हमने यहाँ से ऊपर देव योनियों में जाना है, उस ब्रह्म तक पहुंचना है। ये अपने हाथ में, हम मिडल में है, बीच में है। सात लोग हमारे ऊपर है, सात लोग नीचे, हम बीच में है। तो सत्कर्मों के द्वारा, नाम जप के द्वारा ही वहां पर पहुंचा जाता है, सचखंड में, उस वैकुंठ में, उस धाम में। सभी धर्म ग्रंथ ये कहते हैं। तो वही तो हम जप करने के लिए कह रहे हैं, क्योंकि ये मनुखियों ने ये मत सोचना कि हमने जन्म ले लिया और ये पीछे ध्यान ना तुम्हारा जिति हो अलग अलग धार्मिक समाजिक राजनीतिक और व्यापारिक जथेबंदियां पहुंचिया हैं। साढ़े वड़े भाई साहब श्री सतीश धवन टिडू भाजी जी नूं, जिन्हां ने अपने जीवन काल विच बहुत मेहनत मशक्कत दे नाल इन्ना वड्डा अंपायर खड़ा किया, और साढ़े जेडे बहुत ही सत्कार जो बाहू सतपाल धवन जी, एक्स कौंसलर पैंट नंबर वार्ड तो, उन्होंने समुचे परिवार के नाल जेडे इस वेले बहुत ही दुख दे विचो गुजर रहे हैं, उन्होंने दुख साझा करने वास्ते, ਉਹਨਾਂ ਦੇ ਨਾਲ ਇਸ ਔਖੀ ਘੜੀ ਦੇ ਵਿੱਚ ਸਾਥ ਦੇਣ ਵਾਸਤੇ ਛਿਆਟਾ ਅਤੇ ਅੰਮ੍ਰਿਤਸਰ ਦੇ ਬਹੁਤ ਹੀ ਸਤਿਕਾਰਯੋਗ ਨਿਵਾਸੀਓ, ਅਸੀਂ ਤੁਹਾਨੂੰ ਬਹੁਤ ਸਤਪਾਲ ਜੀ ਵੱਲੋਂ, ਸਮੁੱਚੇ ਉਹਨਾਂ ਦੇ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਤੁਸੀਂ ਆ ਕੇ ਉਹਨਾਂ ਦੇ ਜਿਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ, ਰਿਸ਼ਤੇਦਾਰ, ਸੁਨੇਹੀ, ਸੱਜਣ ਮਿੱਤਰ, ਦੋਸਤ, ਆਓ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਨਾਲ ਕੀਜੀਏ ਦੋਸਤੀ, ਸਭ ਜਗ ਚਲਣਹਾਰ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛੇ ਹੀ ਲੈ ਜਾਏ। ਇਹ ਗੁਰਬਾਣੀ ਦੇ ਕਥਨ ਨੇ। ਮੇਰੇ ਤੋਂ ਪਹਿਲਾਂ ਸਟੇਜ ਸੈਕਟਰੀ ਸਾਹਿਬ, ਸੰਭਾਲ ਮਾਲੀ ਬਾਗ ਆਪਣਾ, ਹਮ ਤੋਂ ਆਪਣੇ ਘਰ ਚਲੇ, ਯਹਾਂ ਆ ਕਰ ਕਿਆ ਕੀਆ, ਇਸ ਬਾਗ ਮੇ ਸੁੰਦਰ ਸੁੰਦਰ ਫੂਲ ਚੁਨੇ। ਤੋ ਸਤੀਸ਼ ਜੀ ਕੇ ਲੀਏ ਕਹਿ ਰਹਾ ਹੂੰ ਕਿ ਉਨਕੇ ਦੋਤੇ ਪੋਤੇ ਜੋ ਹੈ ਯੇ ਸੁੰਦਰ ਸੁੰਦਰ ਫੂਲ ਹੈ, ਹਮਾਰੇ ਬੜੇ ਭਾਈ ਸਤਪਾਲ ਜੀ ਕੇ ਬਹੁਤ ਬੜਾ ਪਰਿਵਾਰ ਹੈ, ਤੋ ਯਹਾਂ ਪਰ ਆ ਕਰ ਕੁਛ ਸੁੰਦਰ ਸੁੰਦਰ ਫੂਲ ਚੁਨੇ, ਔਰ ਜਾਤੀਵਾਦ ਕਹਿਤਾ ਹੈ ਕਿ ਖੁਸ਼ ਰਹੇ ਬਾਗਬਾਨ, ਜਾਤੇ ਹੈ ਹਮ ਯੇ ਚਮਨ ਤੇਰਾ ਆਬਾਦ ਰਹੇ।
ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਸਾਹਿਬਾਨ, ਅੱਜ ਅਸੀਂ ਬਹੁਤ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਇਆ। ਸਾਡੇ ਸਤੀਸ਼ ਧਵਨ ਜੀ ਜਿਹੜੇ ਕਿ ਪਿਛਲੇ ਦਿਨਾਂ ਦੇ ਸਾਨੂੰ ਵਿਛੋੜਾ ਦੇ ਕੇ ਪ੍ਰਭੂ ਚਰਨਾਂ 'ਚ ਜਾ ਵਿਰਾਜੇ ਨੇ। ਇਹ ਸਮਾਜਿਕ ਜਿਹੜੀਆਂ ਗਤੀਵਿਧੀਆਂ ਇਹਨਾਂ ਦੀਆਂ ਬਹੁਤ ਅੱਛੀਆਂ ਸੀ, ਕਿਉਂਕਿ ਬਹੁਤ ਸਤਪਾਲ ਧਵਨ ਜੀ ਦੇ ਅੱਛੇ ਸੰਸਕਾਰ ਸੀ। ਸੰਸਕਾਰੀ ਪਰਿਵਾਰ ਆ, ਸਾਰਾ ਪਰਿਵਾਰ ਸਮਾਜ ਦੀ ਸੇਵਾ 'ਚ ਲੱਗਾ ਰਹਿੰਦਾ। ਅਸੀਂ ਬਹੁਤ ਦੁੱਖ ਹੋਇਆ ਇਹਨਾਂ ਦੇ ਜਾਣ ਦਾ। ਬਾਬ ਸਤਪਾਲ ਜੀ ਦੇ ਹੋਣ ਹਰ ਸਪੁੱਤਰ ਜਿਨ੍ਹਾਂ ਦੀ ਅੱਜ ਆਪਾਂ ਅੰਤਿਮ ਕਿਰਿਆ ਵਿੱਚ ਇਕੱਤਰ ਹੋਏ ਹਾਂ, ਬਹੁਤ ਦੁੱਖ ਭਰੀ ਘੜੀ ਹੈ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਬਾਬੂ ਜੀ ਨੇ ਆਪਣੇ ਉਸ ਪਰਿਵਾਰ ਨੂੰ ਚੰਗੇ ਸੰਸਕਾਰ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਉਹਨਾਂ ਦੇ ਅੱਜ ਜੋ ਧਵਨ ਪਰਿਵਾਰ ਜੀ ਨੂੰ ਨਾ ਭੁੱਲਣ ਯੋਗ ਜੋ ਘਾਟਾ ਪਿਆ, ਅੱਜ ਅਸੀਂ ਸਾਰੇ ਅੰਮ੍ਰਿਤਸਰ ਵਾਸੀ ਉਸ ਸੋਗ ਸਭਾ ਅੰਤਮ ਕਿਰਿਆ ਵਿੱਚ ਸ਼ਾਮਿਲ ਹੋਏ। ਧਵਨ ਪਰਿਵਾਰ ਛਿਆਡੇ ਦੀ ਪਬਲਿਕ ਇੱਕ ਮਸ਼ਹੂਰ ਪਰਿਵਾਰ ਸੀ, ਇੱਕ ਨਾਮਣੇ ਵਾਲਾ ਪਰਿਵਾਰ ਸੀ ਔਰ ਕਾਫੀ ਵੱਡੀ ਫੈਮਿਲੀ ਸੀ। ਸ਼੍ਰੀ ਸਤੀਸ਼ ਧਵਨ ਜੀ ਦੀ ਅੰਤਿਮ 'ਚ ਅਰਦਾਸ ਬੈਠੀ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲਿਆ ਸਭ ਨੇ ਜਾਣਾ, ਪਰ ਜਿਹੜਾ ਆਦਮੀ ਚੰਗੇ ਕੰਮ ਕਰਕੇ ਜਾਂਦਾ ਉਹਦਾ ਸਦਾ ਨਾਂ ਰਹਿੰਦਾ। ਇਸ ਵੇਲੇ ਅਸੀਂ ਸੰਗਤ ਦੇ ਤੌਰ 'ਤੇ ਬੈਠੇ ਹਾਂ ਕਿ ਸਾਡੇ ਪਰਿਵਾਰ ਦਾ ਮੈਂਬਰ ਜਿਹੜਾ ਕਿ ਇਸ ਲੋਕ ਤੋਂ ਅਲਵਿਦਾ ਕਰਕੇ ਅਤੇ ਪਰਲੋਕ ਸਾਰ ਗਏ ਹਨ, ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਨ ਵਾਸਤੇ ਆਏ ਹਾਂ। ਚੱਲਾ ਚੱਲਾ ਜੇ ਕਦੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਕਸੀ ਅੰਮ੍ਰਿਤਸਰ ਗੁਰ ਕਰਤਾਰ। ਇਸ ਤਰ੍ਹਾਂ ਚਲੇ ਜਾਣਾ ਆਪਣੇ ਸਾਥੀਆਂ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ ਸਮਾਜ ਨੂੰ ਜਿਹੜਾ ਐਡਾ ਵੱਡਾ ਘਾਟਾ ਪਾ ਦੇਣਾ, ਮੈਂ ਸਮਝਦਾ ਸਮਾਜ 'ਚ ਪਰਿਵਾਰ ਦੇ ਵਿੱਚ ਇਹ ਘਾਟਾ ਨਾ ਪੂਰਾ ਹੋਣ ਵਾਲਾ, ਅਤੇ ਬਹੁਤ ਵੱਡਾ ਜਿਹੜਾ ਪਾੜਾ ਪੈ ਗਿਆ ਉਹਦੇ ਵਿੱਚ ਪੂਰਾ ਹੁੰਦਿਆਂ ਬਹੁਤ ਸਮਾਂ ਲੱਗੇਗਾ। ਮੇਰੀ ਸਾਰੇ ਟੀਟੂ ਜੀ ਦੀ ਸ਼ੋਕ ਸਭਾ 'ਚ, ਅੰਤਿਮ ਸ਼ੋਕ ਸਭਾ 'ਚ ਬੈਠੇ ਸਾਰੇ ਜਾਣਦੇ ਹਾਂ ਕਿ ਜਿਹੜਾ ਆਇਆ ਉਹਨੇ ਚਲੇ ਜਾਣਾ, ਲੇਕਿਨ ਜਦੋਂ ਕਿਤੇ ਕਿਸੇ ਦੀ ਮੌਤ ਹੁੰਦੀ ਹੈ ਜਾਂ ਇਸ ਤਰ੍ਹਾਂ ਦੀ ਅੰਤਿਮ ਸ਼ੋਕ ਸਭਾ ਹੁੰਦੀ ਹੈ, ਉੱਥੇ 2-4-5 ਮਿੰਟ ਲਈ ਇਹ ਚੀਜ਼ਾਂ ਦਿਮਾਗ 'ਚ ਰਹਿੰਦੀਆਂ। ਦੁਨਿਆਵੀ ਰੁਝੇਵਿਆਂ ਜਾ ਕੇ ਆਦਮੀ ਭੁੱਲ ਜਾਂਦਾ, ਲੇਕਿਨ ਅਗਰ ਅਸੀਂ ਸਾਰੇ ਸੋਚ ਲਈਏ ਕਿ ਲਾਈਫ ਦੇ ਵਿੱਚ ਕੋਈ ਇਸ ਸ਼ੋਕ ਸਭਾ ਦੇ ਵਿੱਚ ਅਸੀਂ ਆਪਣੇ ਪਰਮ ਮਿੱਤਰ, ਆਪਣੇ ਭਰਾ ਨੂੰ ਬੜੇ ਦੁਖੀ ਹਿਰਦੇ ਨਾਲ ਸ਼ਰਧਾ ਸੁਮਨ ਕਰਨ ਪਹੁੰਚੇ ਹਾਂ। ਲਫ਼ਜ਼ ਨਹੀਂ ਹੈ ਇੱਕ ਐਸੀ ਮੌਤ 'ਤੇ ਕਿ ਸ਼ਰਧਾਂਜਲੀ ਦੇ ਸਕਾਂ। ਮਹਿਮਾਨ ਨਵਾਜ਼ ਸਾਡੇ ਸਾਰਿਆਂ ਦੇ ਹੀ ਹਰਮਨ ਪਿਆਰੇ ਬਹੁ ਸਤਪਾਲ ਧਵਨ ਜੀ ਦੇ ਸਪੁੱਤਰ ਸ਼੍ਰੀ ਸਤੀਸ਼ ਧਵਨ ਜੀ, ਜਿਨ੍ਹਾਂ ਦਾ ਪਿੱਛੇ ਜਿਹੇ ਅਚਨ ਚੇਤਨੀ ਦੇਹਾਂਤ ਹੋ ਗਿਆ। ਮੈਂ ਸਮਝਦਾ ਕਿ ਉਹਨਾਂ ਦਾ ਜਾਣਾ ਜਿੱਥੇ ਉਹਨਾਂ ਦੇ ਸਾਰੇ ਪਰਿਵਾਰ ਦੇ ਲਈ ਅੱਜ ਬੜੀ ਦੁੱਖ ਦੀ ਘੜੀ ਹੈ। ਅੰਤਿਮ ਅਰਦਾਸ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਓ, ਹਰ ਇਨਸਾਨ ਨੇ
ਇਸ ਧਰਤੀ ਤੋਂ ਜਾਣਾ ਹੈ। ਪਰ ਕੁਛ ਐਸੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਜਾਣ ਨਾਲ। ਡਾਕਟਰ ਸਾਹਿਬ ਬਾਰੇ ਦੋ ਚਾਰ ਗੱਲਾਂ ਦੱਸਣਾ ਚਾਹੁੰਦਾ ਹਾਂ ਵੀ ਡਾਕਟਰ ਸਾਹਿਬ ਸਿਰਫ MLA ਨਹੀਂ ਹੈ ਬਈ, ਡਾਕਟਰ ਸਾਹਿਬ ਇੱਕ ਭਾਰਤ ਦੇਸ਼ ਦੀ ਪਰਸਨੈਲਿਟੀ ਹੈ। ਡਾਕਟਰ ਸਾਹਿਬ ਨਾਲ ਕਿਉਂਕਿ ਇੱਥੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਵੀ ਸਾਡੇ ਰਿਲੇਸ਼ਨ ਕਦੋਂ ਦੇ ਨੇ। ਡਾਕਟਰ ਸਾਹਿਬ ਨਾਲ ਇੱਕ ਵਾਰੀ ਸਾਡੇ ਪਰਿਵਾਰ 'ਤੇ ਬੜੀ ਜ਼ਿਆਦਾ ਮੁਸੀਬਤ ਆ ਗਈ ਸੀ। ਅੱਜ ਅਸੀਂ ਸਾਰੇ ਆਪਣੇ ਉਸ ਵਿਛੜੇ ਭਰਾ ਨੂੰ ਅੰਤਿਮ ਅਰਦਾਸ ਅੰਤਿਮ ਸ਼ਬਦਾਂ ਦੇ ਨਾਲ ਵਿਦਿਆਈ ਦੇਣ ਵਾਸਤੇ ਇਕੱਠੇ ਹੋਏ। ਇਸ ਪੰਜਾਬ ਤੋਂ ਵੱਖ ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ, MLA ਸਾਹਿਬਾਨ, ਕੌਂਸਲਰ ਸਾਹਿਬਾਨ ਅਤੇ ਜੋ ਪ੍ਰਮੁੱਖ ਪਾਰਟੀਆਂ ਦੇ ਨਾਲੇ ਦੂਰੋਂ ਨੇੜਿਓਂ ਆਏ ਸਾਰੇ ਸਾਡੇ ਰਿਸ਼ਤੇਦਾਰ, ਵਪਾਰੀ ਸਾਹਿਬ, ਆੜ੍ਹਤੀਏ, ਸ਼ੈਲਰ ਵਾਲੇ, ਬੈਂਕਾਂ ਤੋਂ ਅਫਸਰ, ਬਿਜਲੀ ਡਿਪਾਰਟਮੈਂਟ ਤੋਂ ਅਫਸਰ, ਐਜੂਕੇਸ਼ਨ ਡਿਪਾਰਟਮੈਂਟ ਤੋਂ ਅਫਸਰ, ਜਿੰਨੇ ਵੀ ਆਏ ਨੇ ਮੇਰੇ ਦੋਸਤ, ਮੇਰੀ ਮਾਤਾ ਭੈਣਾਵਾਂ, दिवंगत आत्मा की सदगति में किसी प्रकार का विघ्न न आए हे प्रभु प्रार्थना है। तो सभी उस ब्रह्म के आगे प्रार्थना करते हुए गणेश महाराज का ध्यान। ओम गजाननम गणाधिसेवितम कपितजम फल चारु भक्षणम उमासतम शोक विनाशकारकम नमामि विघ्नेश्वरम पाद पंकजम वक्रतुंड महाकाय सूर्यकोटि समर्पणं कुर्मदेव सर्वकारेषु सर्वदा। भगवान विष्णु का ध्यान। वैकुंठ लोक के स्वामी दिवंगत आत्मा को वैकुंठ प्रदान करें। ओम विष्णवे नमः। ओम नमो भगवते वासुदेवाय। तो इस बात को समझते हुए श्री कृष्ण महामंत्र का मिलकर पाठ करेंगे। देखिए कोई जबरदस्ती नहीं है, क्योंकि ज्यो ज्यो नेड़े त्यों त्यों पीड़ी अपने खोलता बंदा किसी ने नहीं रो रहा। अखा खोल वेख बंदे जग जगी हो रहा। आप लोग ने कई बार कहा है ज्यो ज्यो नेड़े त्यों त्यों पीड़ी, लेकिन लगभग यहां पर जितने भी बैठे हैं इस परिवार को अपने नजदीक समझते हैं, इस परिवार को नेड़े समझते हैं, अपना पर समझते हैं। किस नाते से? जिन्होंने गुरुवाणी ठीक से पढ़ी हुई, गुरु ग्रंथ साहिब जिन्होंने ठीक से पढ़ा है, जिन्होंने रामायण को ठीक से पढ़ा है, जिन्होंने श्रीमद् भागवत महापुराण को ठीक से पढ़ा है, सुना जाना समझा पुराने पाक को, भगवत को, वैद्य को, जिन्होंने को दुनिया भर का महान ग्रंथ जिन्होंने समझाया, सभी ये कहते हैं कि रावण की जात है जिन्हें चादर की जात है,
ਮੰਦਰ ਦੇ ਵਿੱਚ ਰੱਬ ਲੁਕਿਆ, ਆਪ ਖੜੇ ਹੋ ਗਏ। ਉਹ ਇੱਕ ਪਿਤਾ ਔਰ ਸਭ ਸਭ ਕੁਛ ਦੇਖ ਕੇ ਪਿਤਾ ਕੇ ਬਾਰਿਸ਼ ਹੈ ਜਿਸ ਕੋਲ ਡਾਊਟ ਹੈ ਰਮਾਇਣ ਪੇ ਗੁਰੂ ਗ੍ਰੰਥ ਸਾਹਿਬ ਪੇ ਬਾਈਬਲ ਪੇ ਪੁਰਾਣ ਪਾਠ ਪੇ ਧਰਮ ਪਰ ਪੇ ਜਿਨਵਾਈ ਦੇ ਡਾਊਟ ਹੈ। ਪਾਣੀ ਕੀ ਬੋਝ ਜਿਤਨੀ ਦਰ ਦੇਰ ਤੱਕ ਕਿਸੀ ਕਟੋਰੀ ਮੈਂ ਹੈ, ਗਿਲਾਸ ਮੈਂ ਹੈ, ਹਾਥ ਮੈਂ। ਦੇਵਾ ਸ਼੍ਰੀ ਕ੍ਰਿਸ਼ਨ ਗੋਬਿੰਦ ਹਰੇ ਮੋਰਾਰੀ, ਹੇ ਨਾਥ ਨਾਰਾਇਣ ਵਾਸੁਦੇਵਾ, ਸ਼੍ਰੀ ਕ੍ਰਿਸ਼ਨ ਗੋਬਿੰਦ ਹਰੇ ਮੋਰਾਰੀ, ਹੇ ਨਾਥ ਨਾਰਾਇਣ ਵਾਸੁਦੇਵਾ, ਸ਼੍ਰੀ ਕ੍ਰਿਸ਼ਨ ਗੋਬਿੰਦ ਹਰੇ ਮੋਰਾਰੀ, ਹੇ ਨਾਥ ਨਾਰਾਇਣ ਵਾਸੁਦੇਵਾ, ਸ਼੍ਰੀ ਕ੍ਰਿਸ਼ਨ ਹਰੇ ਮੋਰਾਰੀ ਨਾਰਾਇਣ ਵਾਸੁਦੇਵਾ, ਸ਼੍ਰੀ ਕ੍ਰਿਸ਼ਨ ਗੋਬਿੰਦ ਹਰੇ ਮੋਰਾਰੀ ਨਾਰਾਇਣ ਵਾਸੁਦੇਵਾ, ਸ਼੍ਰੀ ਕ੍ਰਿਸ਼ਨ ਗੋਬਿੰਦ ਨਾਰਾਇਣ ਵਾਸੁਦੇਵਾ, ਸ਼੍ਰੀ ਕ੍ਰਿਸ਼ਨ ਹੇ ਨਾਥ ਨਾਰਾਇਣ। ਝੂਠ ਲਗਤੀ ਹੈ ਮੁਝੇ ਯੇ ਬਾਤ, ਜਬ ਆਪ ਜੈਸੇ ਸੱਜਣ ਲੋਕ ਉਸ ਜੀਵਾਤਮਾ ਦੀ ਸ਼ਾਂਤੀ ਕੇ ਲਈ ਮਿਲਕਰ ਪ੍ਰਾਰਥਨਾ ਕਰਦੇ ਹੈ ਨਾ, ਤੋ ਝੂਠ ਲਗਨੇ ਲਗਤੀ ਹੈ ਯੇ ਬਾਤ, ਪਤਾ ਨਹੀਂ ਕਿਸਨੇ ਕਿਉਂ ਕਹਿ ਦਿਆ ਜਿਉਂ ਜਿਉਂ ਨੇ। ਲੇਕਿਨ ਹਮਾਰੀ ਸਮਝ ਇਹ ਹੈ ਕਿ ਜਬ ਜੀਵ ਇਸ ਸੰਸਾਰ ਸੇ ਜਾਤਾ ਹੈ ਤੋ ਮਨੁੱਖੀ ਉਨੀ ਹਮੇ ਮਿਲੀ ਹੈ, ਮਨੁੱਖੀ ਉਨੀ। ਅਬ ਇਸਮੇ ਦੋ ਆਪਸ਼ਨ ਹੈ, ਯਾ ਤੋ ਕੁਕਰਮ ਕਰਕੇ ਹਮਨੇ ਫਿਰ ਸੇ ਨੀਚੇ ਪਸ਼ੂ ਯੋਨੀਓ ਮੇ ਜਾਣਾ ਹੈ, ਯਾ ਸਤਕਰਮ ਕਰਕੇ ਹਮਨੇ ਯਹਾਂ ਸੇ ਉੱਪਰ ਦੇਵ ਯੋਨੀਓ ਮੇ ਜਾਣਾ ਹੈ, ਉਸ ਬ੍ਰਹਮ ਤੱਕ ਪਹੁੰਚਣਾ ਹੈ। ਇਹ ਆਪਣੇ ਹੱਥ ਮੇ, ਹਮ ਮਿਡਲ ਮੇ ਹੈ, ਬੀਚ ਮੇ ਹੈ, ਸਾਤ ਲੋਕ ਹਮਾਰੇ ਉੱਪਰ ਹੈ, ਸਾਤ ਲੋਕ ਨੀਚੇ, ਹਮ ਬੀਚ ਮੇ ਹੈ। ਤੋ ਸਤਕਰਮੋ ਕੇ ਦੁਆਰਾ, ਨਾਮ ਜਪ ਕੇ ਦੁਆਰਾ ਹੀ ਵਹਾਂ ਪਰ ਪਹੁੰਚਾ ਜਾਤਾ ਹੈ, ਸਚਖੰਡ ਮੇ, ਉਸ ਬੈਕੁੰਠ ਮੇ, ਉਸ ਧਾਮ ਮੇ, ਸਭੀ ਧਰਮ ਗ੍ਰੰਥ ਇਹ ਕਹਿਤੇ ਹੈ। ਤੋ ਵਹੀ ਤੋ ਹਮ ਜਪ ਕਰਨੇ ਕੇ ਲਈ ਕਹਿ ਰਹੇ ਹੈ, ਕਿਉਂਕਿ ਇਹ ਮਨੁੱਖੀ ਹੋਣੀ, ਇਹ ਮਤ ਸੋਚਣਾ ਕਿ ਹਮਨੇ ਜਨਮ ਲੈ ਲਿਆ ਔਰ ਇਹ ਮਨੁੱਖੀ ਹੀ ਬਾਜੀ ਹਾਰ ਗਿਆ। ਓ ਰਾਮ ਨਾਮ ਦਿਲ ਚੋਵੇ ਸਾਰਿਆ, ਜੀਤੀ ਹੋਈ ਬਾਜੀ। ਰਾਮ ਨਾਮ ਦਿਲ ਚੋਵੇ ਸਾਰਿਆ, ਜਿੱਤੀ ਹੋਈ ਬਾਜੀ ਤਾਂ ਹਾਰਿਆ। ਓ ਸ਼੍ਰੀ ਰਾਮ ਜੈ ਰਾਮ ਜੈ ਜੈ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਰਾਮ। ਆਪਣਾ ਧਿਆਨ ਦੇ ਤੋਂ ਮੁੱਟੇ ਪਸਲਾ ਲਿਆ, ਭਗਤ ਸੁਨਹਿਰੀ ਬਿਨੁ ਹੱਲ ਚੌਂਕਾ ਵਾ ਲਿਆ, ਭਗਤ ਸੁਨਹਿਰੀ ਬਿਨੁ ਹੱਲ ਚੌਂਕਾ ਵਾ ਲਿਆ। ਅੱਗੇ ਪਿੱਛੇ ਧਿਆਨ ਨਾ ਤੂੰ ਮਾਰਿਆ, ਜਿੱਤੀ ਹੋਈ ਮਾਜੀ ਤਾਂ ਹਾਰਿਆ। ਰਾਮ ਨਾਮ ਰਾਮ ਨਾਮ ਅਲੱਗ ਅਲੱਗ ਧਾਰਮਿਕ, ਸਮਾਜਿਕ, ਰਾਜਨੀਤਿਕ ਔਰ ਵਪਾਰਿਕ ਜਥੇਬੰਦੀਆਂ ਪਹੁੰਚੀਆਂ ਹਨ। ਸਾਡੇ ਵੱਡੇ ਭਾਈ ਸਾਹਿਬ ਸ੍ਰੀ ਸਤੀਸ਼ ਧਵਨ ਟਿੱਡੂ ਭਾਜੀ ਜੀ ਨੂੰ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਮਿਹਨਤ ਮੁਸ਼ੱਕਤ ਦੇ ਨਾਲ ਇੰਨਾ ਵੱਡਾ
ਅੰਪਾਇਰ ਖੜਾ ਕੀਤਾ ਔਰ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਬਾਬੂ ਸਤਪਾਲ ਧਵਨ ਜੀ ਐਕਸ ਕੌਂਸਲਰ 65 ਨੰਬਰ ਵਾਰਡ ਤੋਂ ਉਹਨਾਂ ਨੂੰ ਕਿਉਂਕਿ ਮੈਂ ਇੱਕ ਦਿਨ ਪਹਿਲਾਂ ਵੀ ਹੋਸਪਿਟਲ ਟੀਟੂ ਭਾਈ ਦਾ ਬਾਉ ਬਾਲ ਕਿਸ਼ਨ ਜੀ ਕਾਂਗਰਸ ਕਮੇਟੀ ਦੇ ਜਿਹੜੇ ਮੈਂਬਰ ਹਨ ਬਾਉ ਜੀ ਦੇ ਵੀ ਬਹੁਤ ਪਰਮ ਮਿੱਤਰ ਹਨ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਬੁਲਾਉਣਾ ਚਾਹਾਂਗਾ ਔਰ ਉਸ ਤੋਂ ਬਾਅਦ ਬਾਉ ਬਾਲ ਕਿਸ਼ਨ ਜੀ ਔਰ ਸਰਦਾਰ ਦਲਬਾਗ ਸਿੰਘ ਵਡਾਲੀ ਜੀ ਔਰ ਉਸਦੇ ਨਾਲ ਨਾਲ ਅੱਗੋਂ ਪ੍ਰੋਗਰਾਮ ਚੱਲਦਾ ਰਹੇਗਾ ਸਾਡੇ ਵਿੱਚ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦੇ ਨਾਲ ਜਿਹੜੇ ਇਸ ਵੇਲੇ ਬਹੁਤ ਹੀ ਦੁੱਖ ਦੇ ਵਿੱਚੋਂ ਗੁਜ਼ਰ ਰਹੇ ਆ ਉਹਨਾਂ ਦਾ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਨਾਲ ਇਸ ਔਖੀ ਘੜੀ ਦੇ ਵਿੱਚ ਸਾਥ ਦੇਣ ਵਾਸਤੇ ਛਿਆਟਾ ਅਤੇ ਅੰਮ੍ਰਿਤਸਰ ਦੇ ਬਹੁਤ ਹੀ ਸਤਿਕਾਰਯੋਗ ਨਿਵਾਸੀਓ ਅਸੀਂ ਤੁਹਾਨੂੰ ਬਾਉ ਸਤਪਾਲ ਜੀ ਵੱਲੋਂ ਸਮੁੱਚੇ ਉਹਨਾਂ ਦੇ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਆ ਕੇ ਉਹਨਾਂ ਦੇ ਇਸ ਦੁੱਖ ਦੇ ਨਾਲ ਸ਼ਮੂਲੀਅਤ ਕੀਤੀ ਆ। ਜਿੱਥੋਂ ਤੱਕ ਬਾਉ ਸਤੀਸ਼ ਕੁਮਾਰ ਜੀ ਦਾ ਸਵਾਲ ਆ, ਮੈਂ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਲਗਭਗ 50 ਸਾਲ ਤੋਂ ਬਹੁਤ ਹੀ ਜ਼ਿਆਦਾ ਪਿਆਰ ਰੱਖਦਾ ਸਮੁੱਚੇ ਪਰਿਵਾਰ ਦੇ ਨਾਲ, ਅਤੇ ਬਾਉ ਸਤੀਸ਼ ਕੁਮਾਰ ਜੀ ਦਾ ਸੁਭਾਅ, ਉਹਨਾਂ ਦੀ ਨੇਚਰ, ਉਹਨਾਂ ਦਾ ਜੀਵਨ ਜੀਣ ਦਾ ਜਿਹੜਾ ਤਰੀਕਾ ਸੀ ਉਹ ਬਹੁਤ ਹੀ ਸ਼ਾਂਤਮਈ ਸੀ, ਬਹੁਤ ਹੀ ਉਹ ਠੰਡੇ ਸੁਭਾਅ ਵਾਲੇ ਇਨਸਾਨ ਸੀ, ਬਹੁਤ ਹੀ ਦੂਰ ਦੀ ਸੋਚ ਸੋਚ ਕੇ ਉਹ ਕੋਈ ਵੀ ਕਦਮ ਜਿਹੜਾ ਚੁੱਕਦੇ ਸੀ। ਜੇ ਕਿਤੇ ਜੀਵਨ ਦੇ ਵਿੱਚ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਮੁਸ਼ਕਲ ਆ ਵੀ ਗਈ ਆ, ਕਿਸੇ ਦੇ ਨਾਲ ਕੋਈ ਡਿਸਪਿਊਟ ਕ੍ਰੀਏਟ ਹੋ ਵੀ ਗਏ ਆ, ਉਹਨਾਂ ਬੜੇ ਪਿਆਰ ਦੇ ਨਾਲ ਠੰਡੇ ਮਨ ਦੇ ਨਾਲ ਉਸ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਆ। ਜੀ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ, ਰਿਸ਼ਤੇਦਾਰ, ਸੁਨੇਹੀ, ਸੱਜਣ ਮਿੱਤਰ, ਦੋਸਤ, ਆਓ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਨਾਲ ਕੀਜੀਏ ਦੋਸਤੀ, ਸਭ ਜਗ ਚਰਨਹਾਰ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛੇ ਲੈ ਜਾਏ, ਇਹ ਗੁਰਬਾਣੀ ਦੇ ਕਥਨ ਨੇ। ਮੇਰੇ ਤੋਂ ਪਹਿਲਾਂ ਸਟੇਟ ਸੈਕਟਰੀ ਸਾਹਿਬ ਨੇ ਵੀ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕੀਤੀ ਆ। ਜਦੋਂ ਬਾਉ ਸਤਪਾਲ ਜੀ ਇਲੈਕਸ਼ਨ ਲੜ ਰਹੇ ਸੀ ਵਾਰਡ ਨੰਬਰ 65 ਤੋਂ, ਉਦੋਂ ਜਿੱਥੇ ਸਾਡੀ ਰਿਹਾਇਸ਼ ਆ ਉਹ ਏਰੀਆ, ਮੈਨੂੰ ਤਾਂ ਉਹਨਾਂ ਦੇ ਪੂਰੇ ਨਾਂ ਦਾ ਵੀ ਪਤਾ ਨਹੀਂ ਸੀ ਕਿਉਂਕਿ ਸਾਰੇ ਉਹਨਾਂ ਨੂੰ ਟੀਡੂ ਜੀ ਕਹਿੰਦੇ ਸੀ, ਅਤੇ ਉੱਥੇ ਉਹਨਾਂ ਦੀ ਡਿਊਟੀ ਸੀ। ਮੈਂ ਇਸ ਅੱਜ ਦੇ ਕੱਟ ਵਿੱਚ ਇਹ ਗੱਲ ਕਹਿ ਸਕਦਾ ਕਿ ਸਾਡੇ ਵੀ ਖਿਲਾਫ ਲੋਕ ਹੋਣਗੇ, ਪਰ ਮੈਂ ਨਹੀਂ ਉਹਨਾਂ ਨੂੰ ਉਸ ਇਲੈਕਸ਼ਨ 'ਚ ਵੇਖਿਆ ਵੀ ਕਿਸੇ ਨੇ ਵੀ ਉਹਨਾਂ 'ਤੇ ਟੀਕਾ ਟਿੱਪਣੀ ਕੋ ਕੀਤੀ, ਉਸ ਇਲੈਕਸ਼ਨ ਦੀ ਗੱਲ ਨਹੀਂ। ਅੱਜ ਤੱਕ ਵੀ ਜਦੋਂ ਵੀ ਕਿਤੇ ਗੱਲ ਚੱਲਦੀ ਸੀ ਉਹਨਾਂ ਦਾ ਨਾਂ ਵਧੀਆ ਬਿਜ਼ਨਸਮੈਨ 'ਤੇ ਆਉਂਦਾ ਸੀ। ਸੰਭਾਲ ਮਾਲੀ ਬਾਗ ਆਪਣਾ ਹਮ ਤੋ ਆਪਣੇ ਘਰ ਚਲੇ, ਯਹਾਂ ਆ ਕਰ ਕਿਆ ਕੀਆ
इस बाग में सुंदर सुंदर फूल चुने, तो सतीश जी के लिए कह रहा हूँ कि उनके दोते पोते जो हैं ये सुंदर सुंदर फूल हैं, हमारे बड़े भाई सतपाल जी के बहुत बड़ा परिवार है, तो यहाँ पर आकर कुछ सुंदर सुंदर फूल चुने। और जातिवाद कहता है कि खुश रहे बागबान जाते हैं हम, ये चमन तेरा आबाद रहे, ये चमन तेरा आबाद रहे, जातिवाद यही कहता है। तो आज की इस अत्यंत दुखी शोक सभा में व्यास गद्दी के ऊपर विराजमान आदरणीय पंडित जी महाराज, हमारे धवन परिवार के जितने भी यहाँ पर मित्र रिश्तेदार भाई बंधु सगा संबंधी जितने भी आए हुए हैं, तो मैं उनका यहाँ पर आने के लिए आभार व्यक्त करता हूँ। हमारे आज हम जिस शख्स जिस हमारे जो बच्चा है होनहार बच्चा सतीश धवन, जिसको कि हम प्यार से टीटू कहते थे, वो आज हमारे बीच में नहीं रहा है। आप जरा अंदाजा लगाओ कि हमारे बड़े भाई जी सतपाल, जिनका वो बड़ा बेटा ज्येष्ठ पुत्र था, वो आज हमारे बीच में नहीं है, तो उनके साथ ये क्या बीतती होगी? हमारे सब परिवार के साथ तो बीतती है, लेकिन उनका क्या हाल होगा? नेतागण, धार्मिक संस्थावां अते समाजिक संस्थावां दे आगू साहिबान, अज असीं बहुत दुख की घड़ी विच शामिल होया। साडे सतीश धवन जी जिहड़े कि पिछले दिनों दे सानू विछोड़ा दे के प्रभु चरणां दे जा विराजे ने, ये समाजिक जड़ी गतिविधियां इन्हां दीआं बहुत अच्छियां सी, क्योंकि बहुत सतपाल धवन जी दे अच्छे संस्कार सी, संस्कारी परिवार दा सारा परिवार समाज की सेवा च लगा रहिंदा। असीं बहुत दुख होया इन्हां दे जाण दा, और इस आत्मा नूं प्रभु चरणां दे विच लवे, साडी इहो ही प्रभु अगे प्रार्थना, और जिहड़ा परिवार नूं दुख मनण दा पाणा बख्शे, जय श्री राम। ਬਾਬਾ ਸਤਪਾਲ ਜੀ ਦੇ ਹੋਣ ਹਰ ਸਪੁੱਤਰ, ਜਿਨ੍ਹਾਂ ਦੀ ਅੱਜ ਆਪਾਂ ਅੰਤਮ ਕਿਰਿਆ ਵਿੱਚ ਇਕੱਤਰ ਹੋਏ ਹਾਂ, ਬਹੁਤ ਦੁੱਖ ਭਰੀ ਘੜੀ ਹੈ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਬਾਬੂ ਜੀ ਨੇ ਆਪਣੇ ਉਸ ਪਰਿਵਾਰ ਨੂੰ ਚੰਗੇ ਸੰਸਕਾਰ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ, ਉਹਨਾਂ ਦੇ ਅੱਜ ਬੈਠਿਆਂ ਉਹਨਾਂ ਦੇ ਹੋਣ ਹਰ ਸਪੁੱਤਰਾਂ ਦਾ ਚਲੇ ਜਾਣਾ, ਮੈਂ ਸਮਝਦਾ ਬਹੁਤ ਵੱਡਾ ਇੱਕ ਘਾਟਾ, ਜਿੱਥੇ ਘਾਟਾ ਬਾਬੂ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਪਿਆ, ਉੱਥੇ ਬਹੁਤ ਵੱਡਾ ਘਾਟਾ ਇਹ ਸਮਾਜ ਨੂੰ ਪਿਆ, ਕਿ ਉਹ ਸਾਡਾ ਵੀਰ ਸਦਾ ਹੀ ਸਮਾਜ ਸੇਵਾ ਵਿੱਚ ਲੱਗਾ ਰਹਿੰਦਾ ਸੀ, ਕਦੀ ਵੀ ਉਹਨੇ ਪਿੱਛਾ ਮੁੜ ਕੇ ਨਹੀਂ ਸੀ ਵੇਖਿਆ, ਘਰ ਦੇ ਕੰਮ ਨੂੰ ਕਦੀ ਤਰਜੀਹ ਨਹੀਂ ਸੀ ਦਿੱਤੀ, ਪਰ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇ ਕੇ ਉਹ ਸਦਾ ਹੀ ਖੁਸ਼ ਰਹਿੰਦੇ ਸੀ। ਅੱਜ ਉਹਨਾਂ ਦੇ ਜਾਣ ਨਾਲ ਮੈਂ ਸਮਝਦਾ ਬਹੁਤ ਵੱਡਾ ਘਾਟਾ ਸਾਡੇ ਸਮਾਜ ਨੂੰ ਅਤੇ ਸਾਡੇ ਇਸ ਇਲਾਕੇ ਨੂੰ ਪਿਆ, ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ, ਸੱਚੇ ਪਾਤਸ਼ਾਹ ਸਾਡੇ ਉਸ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਬਖਸ਼ੇ, ਪਿੱਛੋਂ ਪਰਿਵਾਰ ਸਨੇਹੀਆਂ ਰਿਸ਼ਤੇਦਾਰਾਂ ਭੈਣ ਭਰਾਵਾਂ ਯਾਰਾਂ ਦੋਸਤਾਂ ਨੂੰ ਪਹਾੜਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਧਵਨ ਪਰਿਵਾਰ ਜੀ ਨੂੰ ਨਾ ਭੁੱਲਣ ਯੋਗ ਜੋ ਘਾਟਾ ਪਿਆ, ਅੱਜ ਅਸੀਂ ਸਾਰੇ ਅੰਮ੍ਰਿਤਸਰ ਵਾਸੀ ਉਸ ਸੋਗ ਸਭਾ ਅੰਤਮ ਕਿਰਿਆ ਵਿੱਚ ਸ਼ਾਮਿਲ ਹੋਏ। ਧਵਨ ਪਰਿਵਾਰ ਛਿਆਗੇ ਦੀ ਪਬਲਿਕ ਇੱਕ ਮਸ਼ਹੂਰ ਪਰਿਵਾਰ ਸੀ, ਇੱਕ ਨਾਮਣੇ ਵਾਲਾ ਪਰਿਵਾਰ ਸੀ, ਔਰ ਕਾਫੀ ਵੱਡੀ ਫੈਮਿਲੀ ਸੀ, ਜਿਨ੍ਹਾਂ ਨੇ ਸਮਾਜ ਵਿੱਚ
ਆਪਣੇ ਸ਼ਹਿਰੀ ਇਲਾਕੇ ਵਾਸਤੇ ਕਾਫੀ ਕੁਝ ਕੀਤਾ ਸੀ। ਅੱਜ ਉਹਨਾਂ ਦਾ ਇੱਕ ਹੋਣਹਾਰ ਬੇਟਾ ਜਿਸ ਨੂੰ ਕੱਚਾ ਨਾਂ ਟਿਊਟੂ ਭਾਅ ਜੀ ਕਹਿੰਦੇ ਸੀ, ਅੱਜ ਇਸ ਪਰਿਵਾਰ ਤੋਂ ਸਾਡੇ ਰਿਸ਼ਤੇਦਾਰਾਂ ਨਾਤਿਆਂ ਤੋਂ ਦੂਰ ਜਾ ਚੁੱਕੇ ਨੇ। ਜਿਹੜਾ ਬੰਦਾ ਆਇਆ ਉਹਨੇ ਜਾਣਾ ਤਾਂ ਜ਼ਰੂਰ ਹੈ, ਇਹ ਸੰਸਾਰ ਦੀ ਪ੍ਰਕਿਰਤੀ ਹੈ ਕਿ ਜੋ ਆਇਆ ਸੋ ਚੱਲ, ਲੇਕਿਨ ਜਸ ਉਹ ਖੱਟਦਾ ਆ ਜਿਹਨੇ ਸਮਾਜ ਵਾਸਤੇ ਕੁਝ ਕੀਤਾ ਹੋਵੇ, ਜਾਂ ਆਪਣੇ ਲੋਕਾਂ ਵਾਸਤੇ ਕੁਝ ਕੀਤਾ ਹੋਵੇ, ਆਪਣੀ ਫੈਮਿਲੀ ਵਾਸਤੇ ਕੁਝ ਕੀਤਾ ਹੋਵੇ, ਦੁਨੀਆ ਉਸ ਨੂੰ ਯਾਦ ਕਰਦੀ ਹੈ। ਅੱਜ ਅੰਮ੍ਰਿਤਸਰ ਦੀ ਜਨਤਾ ਜਾਂ ਇੱਥੇ ਹਾਜ਼ਰ ਹੈ ਉਹਦੇ ਸਮੂਹ ਤੋਂ ਪਤਾ ਲੱਗਦਾ ਵੀ ਇਸ ਪਰਿਵਾਰ ਨੇ ਸਮਾਜ ਵਾਸਤੇ ਔਰ ਇਲਾਕੇ ਵਾਸਤੇ ਜੋ ਜੋ ਕੁਰਬਾਨੀਆਂ ਕੀਤੀਆਂ ਨੇ, ਜੋ ਜੋ ਅੱਛੇ ਕੰਮ ਕੀਤੇ ਨੇ, ਉਹਨਾਂ ਸਦਕਾ ਹੀ ਅੱਜ ਅਸੀਂ ਅੱਜ ਉਹਨਾਂ ਲੋਕਾਂ ਨੂੰ ਯਾਦ ਕਰ ਰਹੇ ਹਾਂ। ਔਰ ਇਸ ਪਰਿਵਾਰ ਦੇ ਉੱਤੇ ਜੋ ਇਹ ਦੁੱਖ ਦੀ ਘੜੀ ਹੋਈ ਹੈ, ਅਸੀਂ ਸਮੂਹ ਅੰਮ੍ਰਿਤਸਰ ਵਾਸੀ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸ਼ਾਮਿਲ ਹਾਂ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ ਦੁੱਖ ਦੇ ਭਾਣੇ ਵਿੱਚ ਇਸ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਗਾਂ ਤੋਂ ਵੀ ਆਪਣੇ ਬੱਚਿਆਂ ਨੂੰ, ਆਪਣੇ ਗਾਂ ਨਾਤੀਆਂ ਨੂੰ ਵੀ ਇਹ ਸੰਸਕਾਰ ਦੇ ਕੇ ਜਾਣ, ਤਾਂ ਕਿ ਜੋ ਆਪਣੇ ਇਲਾਕੇ ਵਾਸਤੇ ਅੱਛੇ ਕੰਮ ਹੈ ਉਹ ਕਰ ਸਕੇ। ਬਾਬੂ ਸਤਪਾਲ ਜੀ ਧਵਨ ਜਿਹਨੂੰ ਅਸੀਂ ਪਿਤਾ ਸਮਾਨ ਮੰਨਦੇ ਹਾਂ, ਇਹ ਦੁੱਖ ਦੀ ਬਹੁਤ ਵੱਡੀ ਘੜੀ ਹੈ। ਅਸੀਂ ਉਹਨਾਂ ਨੂੰ ਹੌਸਲਾ ਦਿੰਦੇ ਹਾਂ, ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਹਾਂ, ਤੁਸੀਂ ਹੌਸਲਾ ਰੱਖੋ, ਪਰਿਵਾਰ ਨੂੰ ਹੌਸਲਾ ਦਿੰਦੇ ਹਾਂ ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਦਾ ਭਾਣਾ ਮੰਨ ਕੇ ਇਸ ਚੀਜ਼ ਨੂੰ ਮੰਨਿਆ ਜਾਵੇ। ਬਾਕੀ ਅੱਛੇ ਇਨਸਾਨ ਦੀ ਸ਼ਾਇਦ ਅੱਗੇ ਵੀ ਜ਼ਿਆਦਾ ਜ਼ਰੂਰਤ ਆ, ਇਸ ਕਰਕੇ ਪਰਮਾਤਮਾ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਬਖਸ਼ੇ ਔਰ ਸਮੂਹ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ। ਸ਼੍ਰੀ ਸਤੀਸ਼ ਧਵਨ ਜੀ ਦੀ ਅੰਤਿਮ 'ਚ ਅਰਦਾਸ ਬੈਠੀ ਪਿਆਰੀ ਸਾਧ ਸੰਗਤ ਜੀ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲਿਆ ਸਭ ਨੇ ਜਾਣਾ, ਪਰ ਜਿਹੜਾ ਆਦਮੀ ਚੰਗੇ ਕੰਮ ਕਰਕੇ ਜਾਂਦਾ ਉਹਦਾ ਸਦਾ ਨਾਂ ਰਹਿੰਦਾ। ਸਤੀਸ਼ ਧਵਨ ਜੀ ਨੇ ਜਿੱਦਾਂ ਮੇਰੇ ਭਾਈ ਸਾਹਿਬ ਦੱਸ ਕੇ ਗਏ ਜੇ, ਮੇਰਾ ਹਮੇਸ਼ਾ ਹੀ ਇਹਨਾਂ ਨੇ ਸੇਵਾ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਇਆ। ਅਤੇ ਉੱਥੇ ਬਹੁਤ ਸਤਪਾਲ ਜੀ ਬੈਠੇ ਨੇ, ਪਿਛਲੀ ਵਾਰੀ ਇਹ ਕੌਂਸਲਰ ਸਾਹਿਬ ਸੀ, ਸ਼ੁਰੂ ਤੋਂ ਸਤਪਾਲ ਜੀ ਦਾ ਛਿਆੜੇ ਦੇ ਵਿੱਚ ਨਾਂ ਰਿਹਾ, ਚੱਡਾ ਪਰਿਵਾਰ ਦਾ ਨਾਂ ਰਿਹਾ। ਔਰ ਇਹਨਾਂ ਨੇ ਮਿਹਨਤ ਕਰਕੇ ਇੱਕ ਵੱਡੇ ਬਿਜ਼ਨਸ ਖੜ੍ਹਾ ਕੀਤਾ, ਜਿਹਦੇ ਵਿੱਚ ਅੰਮ੍ਰਿਤਸਰ ਰਾਈਸ ਮਿੱਲ ਔਰ ਸਿਫਤੀ ਰਾਈਸ ਮਿੱਲ ਔਰ ਸਾਰੇ ਹੀ ਅੱਜ ਪੰਜਾਬ ਵਿੱਚ ਨਾਂ ਹੈ ਇਹਨਾਂ ਰਾਈਸ ਮਿੱਲਾਂ ਦਾ। ਔਰ ਬੜੀ ਇਹ ਟਿਊਟੂ ਸ਼ਾਹ ਜੀ ਦੀ ਮਿਹਨਤ ਸਦਕਾ ਔਰ ਪਰਿਵਾਰ ਦੀ ਮਿਹਨਤ ਸਦਕਾ ਜਿਹੜਾ ਐਡਾ ਵੱਡਾ ਬਿਜ਼ਨਸ ਖੜ੍ਹਾ ਕੀਤਾ। ਔਰ ਹਮੇਸ਼ਾ ਜਦੋਂ ਮਾਪਿਆਂ ਦੇ ਹੁੰਦਿਆਂ ਕੋਈ ਬੱਚਾ ਉਹਨਾਂ ਦਾ ਚਲੇ ਜਾਂਦਾ ਤਾਂ ਮੈਂ ਬਾਊ ਜੀ ਸਤਪਾਲ ਜੀ ਨੂੰ ਦੇਖ ਰਿਹਾ ਕਿ ਉਹ ਵਿੱਚੋਂ ਵਿੱਚ ਬਹੁਤ ਜ਼ਿਆਦਾ ਇਸ ਬੇਟੇ ਦੇ ਜਾਣ ਦਾ ਮਹਿਸੂਸ ਕਰਨ ਦੇ ਨੇ ਵੀ ਮੈਨੂੰ ਐਡੀ ਵੱਡੀ ਜਿਹੜੀ ਸੱਟ ਵੱਜੀ ਹੈ ਬਾਊ ਸਤਪਾਲ ਜੀ ਨੂੰ, ਉਹ ਕਦੀ ਜ਼ਿੰਦਗੀ 'ਚ ਘਾਟਾ ਇਹ ਪੂਰਾ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਸੰਗਤ ਦੇ ਤੌਰ 'ਤੇ ਬੈਠੇ ਹਾਂ ਕਿ ਸਾਡੇ ਪਰਿਵਾਰ ਦਾ ਮੈਂਬਰ ਜਿਹੜਾ ਕਿ ਇਸ ਲੋਕ ਤੋਂ ਅਲਵਿਦਾ ਕਰਕੇ ਅਤੇ ਪਰਲੋਕ ਸਾਰ ਗਏ ਹਨ,
ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਨ ਵਾਸਤੇ ਆਏ ਹਾਂ। ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚੱਕਸੀ ਅੰਮ੍ਰਿਤਸਰ ਗੁਰ ਕਰਤਾਰ। ਇੱਥੇ ਜੋ ਆਇਆ ਇਨਸਾਨ ਪਹਿਲਾਂ ਆਇਆ ਉਹਨੇ ਵੀ ਇੱਕ ਦਿਨ ਜਾਣਾ ਹੀ ਜਾਣਾ, ਪਰ ਜਾਣਾ ਕਦੋਂ ਆਪਣੀ ਬਾਹਰੋਂ ਬਾਜੀ ਆਪੋ ਆਪਣੀ ਕਹਿ ਨੇੜੇ ਕਹਿ ਦੂਰ। ਕੋਈ ਤਾਂ ਜਵਾਨੀ ਚਲਾ ਜਾਂਦਾ, ਕੋਈ ਬੱਚਪਨ ਦਾ ਚਲਾ ਜਾਂਦਾ, ਕੋਈ ਵਡੇਪੇ ਦੇ ਚਲਾ ਜਾਂਦਾ, ਪਰ ਗੁਰਬਾਣੀ ਦਾ ਪ੍ਰਮਾਣ ਆ। ਇਹ ਪੰਡਿਤ ਜੀ ਨੇ ਕਥਾ 'ਚ ਦੱਸਿਆ ਵੀ ਇਹਦਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਸੇਵਾ ਕਰਨੀ ਹੈ, ਉਹਦਾ ਨਾਮ ਸੁਣਾਉਣਾ ਹੈ। ਮਨ ਲਿਖਾਏ ਮੰਡਲ ਮੈਂ ਆਏ, ਕਿਉਂ ਇਹ ਚੱਲਣਾ ਪਰਖਾਇਆ। ਜਦੋਂ ਇਨਸਾਨ ਮੰਡਲ 'ਤੇ ਆਉਂਦਾ ਨਾ, ਉਹਦਾ ਜਨਮ ਹੁੰਦਾ, ਨਾਲ ਮੌਤ ਦੀ ਤਰੀਕ ਵੀ ਲਿਖੀ ਜਾਂਦੀ ਹੈ। ਸਾਨੂੰ ਪਤਾ ਨਹੀਂ ਵਾਹਿ ਪਰਮੇਸ਼ਰ ਨੂੰ ਪਤਾ, ਨਾ ਕੋ ਚੱਤਰ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ, ਉਸ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਵਰਤਣਾ, ਉਹ ਕਿਸੇ ਦੀ ਵੱਸ ਦੀ ਗੱਲ। ਮਾਰੇ ਰਾਖੇ ਏਕੋ ਆਪ, ਮਨੁੱਖ ਕੇ ਕਿਛ ਨਹੀਂ ਹੱਥ। ਉਹ ਵਾਹਿਗੁਰੂ ਪਰਮੇਸ਼ਰ ਜੋ ਆਇਆ ਸੋ ਚੱਲ ਸੀ ਆਪਣੀ ਆਈ ਵਾਰੀ, ਕਿਉਂਕਿ ਚਿੰਤਾ ਤਾਂ ਕੀ ਕੀਜੀਏ ਜਵਾਨ ਹੋਣੀ ਹੋਏ। ਮੈਂ ਆਏ ਜਿੱਦਾਂ ਗੁਰਬਾਣੀ 'ਚ ਲਿਖਿਆ, ਪਰ ਇਸ ਤਰ੍ਹਾਂ ਚਲੇ ਜਾਣਾ ਆਪਣੇ ਸਾਥੀਆਂ ਨੂੰ, ਆਪਣੇ ਪਰਿਵਾਰ ਨੂੰ ਛੱਡ ਕੇ, ਸਮਾਜ ਨੂੰ ਜਿਹੜਾ ਐਡਾ ਵੱਡਾ ਘਾਟਾ ਪਾ ਦੇਣਾ, ਮੈਂ ਸਮਝਦਾ ਸਮਾਜ 'ਚ ਪਰਿਵਾਰ ਦੇ ਵਿੱਚ ਇਹ ਘਾਟਾ ਨਾ ਪੂਰਾ ਹੋਣ ਵਾਲਾ, ਅਤੇ ਬਹੁਤ ਵੱਡਾ ਜਿਹੜਾ ਪਾੜਾ ਪੈ ਗਿਆ ਉਹਦੇ ਵਿੱਚ ਪੂਰਾ ਹੁੰਦਿਆਂ ਬਹੁਤ ਸਮਾਂ ਲੱਗੇਗਾ। ਮੇਰੀ ਅਤੇ ਮੇਰੇ ਪਰਿਵਾਰ ਦੀ ਇਸ ਪਰਿਵਾਰ ਨਾਲ ਸ਼ੁਰੂ ਤੋਂ ਬਹੁਤ ਵੱਡੀ ਸਾਂਝ ਰਹੀ ਹੈ, ਅਤੇ ਅਸੀਂ ਹਮੇਸ਼ਾ ਹੀ ਹਰ ਦੁੱਖ ਸੁੱਖ ਦੇ ਵਿੱਚ ਇਕੱਠੇ ਰਹੇ ਹਾਂ। ਅਤੇ ਮੈਂ ਸਮਝਦਾ ਵੀ ਜਿਹੜਾ ਟੀਟੂ ਭਾਅ ਜੀ ਦੇ ਜਾਣ ਨਾਲ ਸਮਾਜਿਕ ਤੌਰ 'ਤੇ, ਪਰਿਵਾਰਕ ਤੌਰ 'ਤੇ ਜਾਂ ਵਪਾਰਕ ਤੌਰ 'ਤੇ ਜਿਹੜਾ ਫਰਕ ਪਿਆ, ਉਹ ਫਰਕ ਜਿਹੜਾ ਨਾ ਪੂਰਾ ਹੋਣ ਵਾਲਾ। ਅਤੇ ਭਗਵਾਨ ਅੱਗੇ ਇਹੋ ਹੀ ਬੇਨਤੀ ਆ ਵੀ ਇਹਨਾਂ ਨੂੰ ਆਪਣੇ ਚਰਨਾਂ 'ਚ ਲਾਉਣ, ਅਤੇ ਜਿਹੜੀ ਬਾਕੀ ਸਾਥੀ ਆ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੈ ਸ਼੍ਰੀ। ਅੱਜ ਅਸੀਂ ਸਾਰੇ ਟੀਟੂ ਜੀ ਦੀ ਸ਼ੋਕ ਸਭਾ 'ਚ, ਅੰਤਕ ਸ਼ੋਕ ਸਭਾ 'ਚ ਬੈਠੇ ਹਾਂ। ਸਾਰੇ ਜਾਣਦੇ ਹਾਂ ਕਿ ਜਿਹੜਾ ਆਇਆ ਉਹਨੇ ਚਲੇ ਜਾਣਾ, ਲੇਕਿਨ ਜਦੋਂ ਕਿਤੇ ਕਿਸੇ ਦੀ ਮੌਤ ਹੁੰਦੀ ਹੈ ਜਾਂ ਇਸ ਤਰ੍ਹਾਂ ਦੀ ਅੰਤਮ ਸ਼ੋਕ ਸਭਾ ਹੁੰਦੀ ਹੈ, ਉੱਥੇ 2-4-5 ਮਿੰਟ ਲਈ ਇਹ ਚੀਜ਼ਾਂ ਦਿਮਾਗ 'ਚ ਰਹਿੰਦੀਆਂ। ਦੁਨਿਆਵੀ ਰੁਝੇਵਿਆਂ ਜਾ ਕੇ ਆਦਮੀ ਭੁੱਲ ਜਾਂਦਾ, ਲੇਕਿਨ ਅਗਰ ਅਸੀਂ ਸਾਰੇ ਸੋਚ ਲਈਏ ਕਿ ਲਾਈਫ ਦੇ ਵਿੱਚ ਕੋਈ ਬੁਰਾ ਕੰਮ ਨਹੀਂ ਕਰਨਾ, ਹਰ ਦਾ ਸਹਾਇਕ ਬਣਨਾ, ਔਰ ਉਹਦੇ ਨਾਲ ਮੇਰਾ ਖਿਆਲ ਹੈ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਤਕਲੀਫਾਂ ਇੱਕ ਦੂਜੇ ਦੀਆਂ ਅਸੀਂ ਘਟਾ ਸਕਦੇ ਹਾਂ। ਇਹ ਗੱਲ ਠੀਕ ਹੈ ਕਿ ਜਦੋਂ ਪਰਿਵਾਰ ਦੇ ਵਿੱਚੋਂ ਇਸ ਤਰ੍ਹਾਂ ਦੀ ਜਵਾਨ ਉਮਰ 'ਚ ਕੋਈ ਚਲਾ ਜਾਂਦਾ, ਇਹ ਨੇੜਿਓਂ ਜਿੰਨਾ ਰਿਸ਼ਤਾ ਹੁੰਦਾ ਉਹ ਹੀ ਜਾਣਦਾ ਕਿ ਕਿੰਨੀ ਉਹਨੂੰ ਤਕਲੀਫ ਹੈ, ਜਿੰਨਾ ਜਿੰਨਾ ਦੂਰ ਹੁੰਦਾ ਉਹਨਾਂ ਉਹਨਾਂ ਹੀ ਉਹ ਤਕਲੀਫ ਮਹਿਸੂਸ ਹੁੰਦੀ ਹੈ। ਇਹ ਗੱਲ ਵੀ ਠੀਕ ਹੈ ਕਿ ਸਾਡਾ ਸਮਾਜ, ਇਹਦੀ ਸੈਟਿੰਗ ਇਸ ਤਰ੍ਹਾਂ ਦੀ ਹੈ ਕਿ ਸਾਡੇ ਇੱਕ ਦੂਜੇ ਤੋਂ ਬਗੈਰ ਗੁਜ਼ਾਰਾ ਨਹੀਂ। ਅੱਜ ਦੀ ਇਸ ਸ਼ੋਕ ਸਭਾ ਦੇ ਵਿੱਚ ਅਸੀਂ ਆਪਣੇ ਪਰਮ ਮਿੱਤਰ, ਆਪਣੇ ਭਰਾ ਨੂੰ ਬੜੇ ਦੁਖੀ ਹਿਰਦੇ ਨਾਲ ਸ਼ਰਧਾ ਸੁਮਨ ਕਰਨ ਪਹੁੰਚੇ ਹਾਂ। ਲਫ਼ਜ਼ ਨਹੀਂ ਹੈ ਇੱਕ ਐਸੀ ਮੌਤ 'ਤੇ ਕਿ ਸ਼ਰਧਾਂਜਲੀ ਦੇ ਸਕਾਂ। ਉਹ ਦੋਸਤ ਜਿਹੜਾ ਮੈਂ ਸਮਝਦਾ ਸਾਰਿਆਂ ਦਾ ਸੀ, ਕੋਈ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ, ਜਿਹਨੂੰ ਸਾਰਾ ਹੀ ਆਪਣਾ ਸਮਝਦੇ ਸਨ, ਕੋਈ ਸ਼ਿਕਾਇਤ ਨਹੀਂ,
ਸਾਰੇ ਸ਼ਰਾਟੇ ਨੂੰ, ਕਿਸੇ ਪਰਿਵਾਰ ਨੂੰ, ਇਸ ਪਰਿਵਾਰ ਨਾਲ, ਪਰ ਅਚਾਨਕ 55 ਸਾਲ ਦੀ ਉਮਰ 'ਚ ਚਲੇ ਜਾਣਾ ਬਹੁਤ ਵੱਡਾ ਸਦਮਾ ਤਵਨ ਪਰਿਵਾਰ ਨੂੰ ਅੱਜ ਪਹੁੰਚਿਆ। ਮੈਂ ਪਾਪਾ ਜੀ ਵੱਲ ਵੇਖ ਰਿਹਾ ਸੀ, ਬੜੀ ਮਿਹਨਤ ਕਰਕੇ ਕਾਰੋਬਾਰ ਨੂੰ ਅੱਗੇ ਵਧਾਇਆ, ਅੱਗੋਂ ਬੱਚਿਆਂ ਨੇ ਸੰਭਾਲਿਆ ਔਰ ਹੋਰ ਅੱਗੇ ਲੈ ਕੇ ਗਏ। ਔਰ ਮੈਂ ਇੰਨਾ ਕਹਾਂਗਾ ਕਿ ਤਵਨ ਪਰਿਵਾਰ ਦਾ ਇਹ ਉਹ ਚਿਰਾਗ ਸੀ ਜਿਹਦੇ ਜਾਣ ਨਾਲ ਰੋਸ਼ਨੀ 'ਚ ਕਮੀ ਆਏਗੀ। ਬਹੁਤ ਵਧੀਆ ਇਨਸਾਨ ਸੀ, ਮੈਂ ਤਾਂ ਵਰਤਿਆਂ ਸਾਰੇ ਵਰਤਿਆਂ ਸੀ। ਡਾਕਟਰ ਰਾਜ ਕੁਮਾਰ ਜੀ ਵੀ ਪਹੁੰਚੇ ਨੇ ਸਾਡੇ ਵਿੱਚ, ਬੜਾ ਪਿਆਰਾ ਦੋਸਤ ਸੀ ਸਾਰਿਆਂ ਦਾ। ਪਰ ਕੁਦਰਤ ਦੇ ਅੱਗੇ ਕਿਸੇ ਦੀ ਕੋਈ ਨਹੀਂ ਚੱਲਦੀ, ਉਹਦੀ ਅਮਾਨਤ ਆ ਜੀ, ਸਾਰਿਆਂ ਨੇ ਇੱਕ ਦਿਨ ਚਲੇ ਜਾਣਾ। ਜਿਹਾ ਚ ਵੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਤੇ ਉੱਠੇ ਜਾਏ, ਉਹਦੀ ਅਮਾਨਤ ਆ, ਉਹਨੇ ਲੈ ਜਾਣਾ ਇੱਕ ਦਿਨ। ਪਰ ਇਹ ਮੌਤਾਂ ਬਰਦਾਸ਼ਤ ਨਹੀਂ ਹੁੰਦੀਆਂ। ਬਾਪ ਦੇ ਮੋਢਿਆਂ 'ਤੇ ਜਨਾਜ਼ਾ ਬੇਟੇ ਦਾ ਕਹਿੰਦੇ ਜਾਣਾ ਇਸ ਤੋਂ ਵੱਡਾ ਬੋਝ ਨਹੀਂ ਹੈ। ਔਰ ਦੁਖੀ ਹੈ ਸਾਰਾ ਸ਼ਰਾਟਾ ਅੰਮ੍ਰਿਤਸਰ ਦੇ ਉਹ ਕਾਰੋਬਾਰੀ ਜਿਹੜੇ ਇਸ ਮੇਰੇ ਭਰਾ ਨਾਲ ਵਪਾਰ ਕਰਦੇ ਸਨ। ਮੌਜੂਜ਼ ਗਰੀਬ ਨਵਾਜ਼, ਮਹਿਮਾਨ ਨਵਾਜ਼, ਸਾਡੇ ਸਾਰਿਆਂ ਦੇ ਹੀ ਹਰਮਨ ਪਿਆਰੇ ਬਹੁ ਸਤਪਾਲ ਤਵੰਜੀ ਦੇ ਸਪੁੱਤਰ ਸ਼੍ਰੀ ਸਤੀਸ਼ ਤਵੰਜੀ, ਜਿਨ੍ਹਾਂ ਦਾ ਪਿੱਛੇ ਜਿਹੇ ਅਚਨ ਚੇਤਨੀ ਦੇਹਾਂਤ ਹੋ ਗਿਆ। ਮੈਂ ਸਮਝਦਾ ਕਿ ਉਹਨਾਂ ਦਾ ਜਾਣਾ ਜਿੱਥੇ ਉਹਨਾਂ ਦੇ ਸਾਰੇ ਪਰਿਵਾਰ ਦੇ ਲਈ ਅੱਜ ਬੜੀ ਦੁੱਖ ਦੀ ਘੜੀ ਹੈ, ਉੱਥੇ ਸਾਡੇ ਸਾਰਿਆਂ ਦੇ ਲਈ ਵੀ ਅੱਜ ਉਨੀ ਹੀ ਦੁੱਖ ਦੀ ਘੜੀ ਹੈ, ਜਿੱਥੇ ਬਹੁ ਸਤੀਸ਼ ਤਵੰਜੀ ਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ, ਸਾਰਿਆਂ ਦੇ ਨਾਲ ਦੁੱਖ ਸੁੱਖ ਦੇ ਭਾਈਵਾਲ ਬਣੇ ਔਰ ਹਰ ਕਿਸੇ ਦੇ ਕੰਮ ਆਉਣ ਦੇ ਲਈ ਹਰ ਵੇਲੇ ਤਿਆਰ ਰਹੇ। ਅੱਜ ਉਹਨਾਂ ਸਾਰਿਆਂ ਲਈ, ਸਾਡੇ ਸਾਰਿਆਂ ਲਈ ਵੀ ਦੁੱਖ ਦੀ ਘੜੀ ਹੈ। ਪਰ ਸਾਡੇ ਮਹਾਨ ਪੁਰਸ਼ ਗ੍ਰੰਥ ਹਮੇਸ਼ਾ ਹੀ ਇਹ ਸੰਦੇਸ਼ ਦਿੰਦੇ ਨੇ ਕਿ ਜੋ ਆਇਆ ਸੋ ਚੱਲ ਸੀ, ਸਭ ਕੀ ਆਈ ਵਾਰੀ ਹੈ। ਰਾਮ ਗਏ ਰਾਵਣ ਗਏ ਜਾਕਾ ਬਹੁ ਪਰਿਵਾਰ, ਕਹਿ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਹਾ ਸੰਸਾਰ। ਪਰ ਮੈਂ ਸਮਝਦਾ ਵਾਂ ਕਿ ਇੰਨੀ ਛੋਟੀ ਆਯੂ ਦੇ ਵਿੱਚ ਜਾਣਾ, ਇਸ ਤਰ੍ਹਾਂ ਚਲੇ ਜਾਣਾ ਬਹੁਤ ਦੁਖਦ ਹੈ। ਔਰ ਬਹੁ ਸਤੀਸ਼ ਤਵੰਜੀ ਬਾਰੇ, ਉਹਨਾਂ ਦੇ ਸਾਰੇ ਪਰਿਵਾਰ ਦੇ ਬਾਰੇ, ਉਹਨਾਂ ਦੇ ਸਾਰੇ ਭਰਾਵਾਂ ਦੇ ਬਾਰੇ ਕਹਿਣਾ, ਉਹਨਾਂ ਦੇ ਜੀਵਨ ਦੇ ਬਾਰੇ ਕਹਿਣਾ ਅਤੇ ਉਹਨਾਂ ਦੇ ਵਿਛੋੜੇ ਨੂੰ ਸਹਿਣਾ ਦੇ ਵਿੱਚ ਬਹੁਤ ਅੰਤਰ ਹੈ। ਪਰਮਾਤਮਾ ਸਾਰੇ ਪਰਿਵਾਰ ਨੂੰ, ਸਾਨੂੰ ਸਾਰਿਆਂ ਨੂੰ ਬਹੁ ਸਤੀਸ਼ ਤਵੰਜੀ ਦਾ ਵਿਛੋੜਾ ਸਹਿਣ ਦੀ ਸਮਰੱਥਾ ਬਖਸ਼ੇ। ਤੁਸੀਂ ਇੰਨੇ ਸਾਰੇ ਲੋਕ ਅੱਜ ਸਤੀਸ਼ ਤਵੰਜੀ ਦੀ ਅੰਤਮ ਅਰਦਾਸ 'ਚ ਸ਼ਾਮਲ ਹੋਣ ਆਏ ਹੋ, ਨਿਸ਼ਚਿਤ ਤੌਰ 'ਤੇ ਪਰਮਾਤਮਾ ਉਹਨਾਂ ਨੂੰ ਆਪਣੇ ਸ਼੍ਰੀ ਚਰਨਾਂ ਸਥਾਨ ਦੇਣਗੇ। ਔਰ ਮੈਂ ਵੀ ਇਹ ਪ੍ਰਾਰਥਨਾ ਕਰਦਾ ਵਾਂ ਕਿ ਬਹੁ ਸਤੀਸ਼ ਤਵੰਜੀ ਨੂੰ ਪਰਮਾਤਮਾ ਆਪਣੇ ਸ਼੍ਰੀ ਚਰਨਾਂ ਸਥਾਨ ਦੇਣ ਔਰ ਉਹਨਾਂ ਦਾ ਸਾਰਾ ਪਰਿਵਾਰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਸਦਕਾ ਹਮੇਸ਼ਾ ਉੱਨਤੀ ਅਤੇ ਤਰੱਕੀ ਕਰਦਾ ਰਹੇ। ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ ਸ਼ਾਂਤੀ ਓਮ। ਅੰਤਿਮ ਅਰਦਾਸ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਭੈਣੋ ਅਤੇ ਭਰਾਓ, ਹਰ ਇਨਸਾਨ ਨੇ ਇਸ ਧਰਤੀ ਤੋਂ ਜਾਣਾ ਹੈ, ਪਰ ਕੁਛ ਐਸੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਜਾਣ ਨਾਲ ਲੋਕਾਂ ਦੇ ਦਿਲਾਂ ਵਿੱਚ ਬੜਾ ਦੁੱਖ ਹੁੰਦਾ ਹੈ। ਔਰ ਮੈਂ ਸਮਝਦਾ ਹਾਂ ਸਤੀਸ਼ ਤਵੰਜੀ ਇੱਕ ਐਸੇ ਇਨਸਾਨ ਸਨ ਜਿਨ੍ਹਾਂ ਦਾ ਹਰ ਵਰਗ ਦੇ ਲੋਕਾਂ ਨਾਲ ਪਿਆਰ ਸੀ, ਸਤਿਕਾਰ ਸੀ, ਲੋਕਾਂ ਦੀ ਸੇਵਾ ਕਰਦੇ ਸੀ, ਕਿਉਂਕਿ ਸਮਾਜ ਦੇ ਵਿੱਚ ਉਹੀ ਲੋਕ ਅਮਰ ਰਹਿੰਦੇ ਨੇ ਜਿਨ੍ਹਾਂ ਦਾ ਲੋਕਾਂ ਨਾਲ ਪਿਆਰ ਬਣਿਆ ਹੁੰਦਾ ਹੈ। ਔਰ ਮੈਂ ਇਹ ਸਮਝਦਾ
ਕਿ ਸਤੀਸ਼ ਧਵਨ ਜੀ ਦਾ ਜਿਹੜਾ ਕੰਮ ਹੈ, ਲੋਕਾਂ ਦੇ ਪ੍ਰਤੀ ਧਾਰਮਿਕ ਆਸਥਾ ਵੀ ਰੱਖਦੇ ਸੀ, ਗਰੀਬਾਂ ਦੀਆਂ ਕਈਆਂ ਦੀਆਂ ਮਦਦ ਵੀ ਕਰਦੇ ਸੀ, ਔਰ ਅੱਜ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਉਹਨਾਂ ਦੇ ਚਰਨਾਂ 'ਚ, ਜਿੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ, ਉੱਥੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਣ, ਔਰ ਇਹ ਭਾਣਾ ਮੰਨਣ ਦਾ ਜਿਹੜਾ ਬਲ ਹੈ, ਸਾਰੇ ਸੱਜਣ ਮਿੱਤਰ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਹੈ। ਡਾਕਟਰ ਸਾਹਿਬ ਬਾਰੇ ਦੋ ਚਾਰ ਗੱਲਾਂ ਦੱਸਣਾ ਚਾਹੁੰਦਾ ਹਾਂ ਵੀ ਡਾਕਟਰ ਸਾਹਿਬ ਸਿਰਫ MLA ਨਹੀਂ ਹੈ ਬਈ, ਡਾਕਟਰ ਸਾਹਿਬ ਇੱਕ ਭਾਰਤ ਦੇਸ਼ ਦੀ ਪਰਸਨੈਲਿਟੀ ਹੈ। ਡਾਕਟਰ ਸਾਹਿਬ ਨਾਲ ਕਿਉਂਕਿ ਇੱਥੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੈ ਵੀ ਸਾਡੇ ਰਿਲੇਸ਼ਨ ਕਦੋਂ ਦੇ ਨੇ। ਡਾਕਟਰ ਸਾਹਿਬ ਨਾਲ ਇੱਕ ਵਾਰੀ ਸਾਡੇ ਪਰਿਵਾਰ 'ਤੇ ਬੜੀ ਜ਼ਿਆਦਾ ਮੁਸੀਬਤ ਆ ਗਈ ਸੀ, ਉਦੋਂ ਵੱਡੇ ਵੱਡੇ ਮਨਿਸਟਰ ਆਪਣੇ ਹੱਥ ਚੁੱਕੇ ਸੀ ਅਤੇ ਮੈਨੂੰ ਸਿਰਫ ਮੌਤ ਹੀ ਨਜ਼ਰ ਆਉਂਦੀ ਪਈ ਸੀ, ਸਿਰਫ ਮੌਤ। ਉਹ 1992 ਡਾਕਟਰ ਸਾਹਿਬ ਮੈਨੂੰ ਯਾਦ ਆ, ਉਹ ਰਾਤੀ 7 ਵਜੇ ਆ ਕੇ ਮੈਨੂੰ ਡਾਕਟਰ ਸਾਹਿਬ ਨੇ ਬਚਾਇਆ ਸੀ। ਤੋ ਡਾਕਟਰ ਸਾਹਿਬ ਦੇ ਨਾਲ ਸਾਡੇ 1992 ਦੇ ਰਿਲੇਸ਼ਨ ਨੇ। ਤੋ ਡਾਕਟਰ ਸਾਹਿਬ ਹੁਣ ਤਾਂ ਬੜਾ ਹੀ ਤਗੜਾ ਸੰਕਟ ਆ ਗਿਆ, ਬਾਓ ਜੀ ਨੂੰ ਇਹ ਸਦਮਾ ਕਦੇ ਵੀ ਨਹੀਂ ਭੁੱਲਣਾ, ਔਰ ਬਾਓ ਜੀ ਨੂੰ ਇੱਕ ਭਾਰਤ ਦੇਸ਼ ਦੀ ਪਰਸਨੈਲਿਟੀ ਹੈ ਹੌਸਲਾ ਦੇ ਕੇ ਜਾਵੇ ਅਤੇ ਬਾਓ ਜੀ ਅੱਜ ਤੋਂ ਬਾਅਦ ਮੈਂ ਤੇਰਾ ਵੱਡਾ ਪੋਤੀ। ਡਾਕਟਰ ਸਾਹਿਬ ਇਹ ਦਿਲੋਂ ਵਚਨ ਦੇ ਕੇ ਜਾਣਾ, ਦਿਲੋਂ ਇੰਨਾ ਹੀ ਕਹਿੰਦੇ ਹਰ ਹਰ ਮਹਾਦੇਵ। ਅੱਜ ਅਸੀਂ ਸਾਰੇ ਆਪਣੇ ਉਸ ਵਿਛੜੇ ਭਰਾ ਨੂੰ ਅੰਤਿਮ ਅਰਦਾਸ ਅੰਤਿਮ ਸ਼ਬਦਾਂ ਦੇ ਨਾਲ ਵਿਦਿਆਈ ਦੇਣ ਵਾਸਤੇ ਇਕੱਠੇ ਹੋਏ। ਇਹ ਸੱਚ ਹੈ ਕਿ ਇਸ ਪਰਿਵਾਰ ਨੇ ਇਸ ਸਮਾਜ ਵਾਸਤੇ ਬਹੁਤ ਸੇਵਾ ਕੀਤੀ ਹੈ, ਔਰ ਬਾਓ ਜੀ ਤੋਂ ਲੈ ਕੇ ਬੱਚਿਆਂ ਤੱਕ ਇਹ ਆਪਣੇ ਆਪ ਦੇ ਅੰਦਰ ਇੱਕ ਸੰਸਥਾ ਹੈ। ਉਹ ਇੱਕ ਸੰਸਥਾ ਜਿਹੜੀ ਹਮੇਸ਼ਾ ਸਮਾਜ ਸੇਵਕ ਦੇ ਵਜੋਂ ਜਾਣੀ ਜਾਂਦੀ ਹੈ, ਔਰ ਮੈਂ ਕਿਉਂਕਿ ਇਸ ਪਰਿਵਾਰ ਦੇ ਨਾਲ ਮੇਰਾ ਬਹੁਤ ਪੁਰਾਣਾ ਲਗਾਵ ਹੈ, ਮੇਰਾ ਬਹੁਤ ਪੁਰਾਣਾ ਸੰਬੰਧ ਹੈ, ਔਰ ਮੈਂ ਮਹਿਸੂਸ ਕਰਦਾ ਕਿ ਇਹ ਨਾ ਪੂਰਾ ਹੋਣ ਵਾਲਾ ਘੱਟ ਹੈ, ਔਰ ਇਹ ਉਹ ਘੱਟ ਹੈ ਜਿਹਨੂੰ ਕਹਿੰਦੇ ਕਿ ਜਿਸ ਤਨ ਲਾਗੇ ਉਹ ਤਨ ਜਾਂਦੇ, ਉਹ ਇਨਸਾਨਾਂ ਨੂੰ ਸਮਝ ਲੱਗਦੀ ਹੈ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਇੱਕ ਘਾਟਾ ਖਾ ਜਾਂਦਾ, ਸਾਰੀ ਜ਼ਿੰਦਗੀ ਇੱਕ ਘਾਟਾ ਨਾ ਪੂਰਾ ਹੁੰਦਾ। ਔਰ ਮੈਂ ਤਾਂ ਸਿਰਫ ਇਹ ਕਹਾਂਗਾ ਕਿ ਦੁਨੀਆਦਾਰੀ ਦੇ ਅੰਦਰ ਹਰ ਆਦਮੀ ਆਪਣੇ ਆਪਣੇ ਤਰ੍ਹਾਂ ਦੇ ਨਾਲ ਵਿਅਸਤ ਰਹਿੰਦਾ ਹੈ। ਮੈਂ ਸਿਰਫ ਇਹ ਗੱਲ ਕਹਾਂਗਾ ਕਿ ਮੇਰੇ ਜ਼ਿੰਦਗੀ ਦੇ ਕੁਛ ਪਲ ਜਿੰਨੇ ਵੀ ਇਸ ਪਰਮਾਤਮਾ ਨੇ ਬਖਸ਼ੇ ਹੈ, ਇੱਕ ਗੱਲ ਦਾ ਵਾਅਦਾ ਕਰਦਾ ਕਿ ਬਾਬਾ ਸਤਪਾਲ ਜੀ ਬਹੁਤ ਸਤਿਕਾਰਯੋਗ ਸਾਥੀ, ਔਰ ਇਹ ਸਾਰਾ ਪਰਿਵਾਰ ਤੁਹਾਡਾ ਪਰਿਵਾਰ ਹੈ, ਇਹ ਸਾਰੇ ਬੱਚੇ ਜਿਹੜੇ ਬੈਠੇ ਹੈ ਇਹ ਤੁਹਾਡੇ ਬੱਚੇ ਹੈ, ਤੁਹਾਡੇ ਪੁੱਤਰ ਹੈ, ਔਰ ਅਸੀਂ ਸਾਰੇ ਹੀ ਜਿੰਨੇ ਜੋਗੇ ਵੀ ਹੋਣ
ਹਮੇਸ਼ਾ ਕਮੀ ਤਾਂ ਪੂਰੀ ਨਹੀਂ ਹੋ ਸਕਦੀ। ਕੋਸ਼ਿਸ਼ ਕਰਾਂਗੇ ਇਸ ਗੱਲ ਵਾਸਤੇ ਕਿ ਉਹ ਜਿਹੜੀਆਂ ਕਮੀਆਂ ਉਹ ਛੱਡ ਕੇ ਗਏ ਆ ਉਹਦੇ ਵਿੱਚ ਰੱਤਾ ਪਾਈ ਰੂਬੀ ਜੇ ਅਸੀਂ ਸਹਿਯੋਗ ਪਕੜ ਪਾਈਏ ਤਾਂ ਆਪਣੇ ਆਪ ਨੂੰ ਬਹੁਤ ਸੁਭਾਗਿਆ ਪਾਗੀ। ਇਸ ਗੱਲ ਲਈ ਸਮਝਾਂਗਾ ਮੈਂ ਔਰ ਮੈਂ ਆਪਣੇ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਇਸ ਪਰਿਵਾਰ ਦੇ ਨਾਲ ਦੁੱਖ ਦਾ ਜ਼ਾਹਰ ਕਰਦਾ ਔਰ ਮੈਂ ਉਮੀਦ ਕਰਦਾ ਕਿ ਇਹ ਬਾਬੂ ਸਤਪਾਲ ਜੀ ਦਾ ਪਰਿਵਾਰ ਜਿਸ ਤਰੀਕੇ ਦੇ ਨਾਲ ਸੇਵਾ ਦੇ ਵਿੱਚ ਜੁੜਿਆ ਔਰ ਇਹ ਸੇਵਾ ਇਸੇ ਤਰ੍ਹਾਂ ਨਾਲ ਕਰਦਾ ਰਹੇਗਾ ਕਿਉਂਕਿ ਇਹ ਸੱਚ ਹੈ ਕਿ ਤੁਸੀਂ ਟੀਟੂ ਭਾਅ ਜੀ ਦਾ ਜ਼ਿਕਰ ਕਰਦੇ ਹੋ। ਪੰਜਾਬ ਤੋਂ ਵੱਖ ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨ, MLA ਸਾਹਿਬਾਨ, ਕੌਂਸਲਰ ਸਾਹਿਬਾਨ ਅਤੇ ਜੋ ਪ੍ਰਮੁੱਖ ਪਾਰਟੀਆਂ ਦੇ ਨਾਲੇ ਦੂਰੋਂ ਨੇੜਿਓਂ ਆਏ ਸਾਰੇ ਸਾਡੇ ਰਿਸ਼ਤੇਦਾਰ, ਵਪਾਰੀ ਸਾਹਿਬ, ਆੜ੍ਹਤੀਏ, ਸ਼ੈਲਰ ਵਾਲੇ, ਬੈਂਕਾਂ ਤੋਂ ਅਫਸਰ, ਬਿਜਲੀ ਡਿਪਾਰਟਮੈਂਟ ਤੋਂ ਅਫਸਰ, ਐਜੂਕੇਸ਼ਨ ਡਿਪਾਰਟਮੈਂਟ ਤੋਂ ਅਫਸਰ, ਜਿੰਨੇ ਵੀ ਆਏ ਨੇ ਮੇਰੇ ਦੋਸਤ, ਮੇਰੀ ਮਾਤਾ, ਭੈਣਾਵਾਂ, ਭੈਣਾਂ, ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਖਲੋ ਕੇ ਸਾਡੇ ਦੁੱਖ ਨੂੰ ਸਾਂਝਾ ਕੀਤਾ। ਮੈਂ ਭਾਅ ਜੀ ਬਾਰੇ, ਭਾਅ ਜੀ ਮੇਰਾ ਕਿਉਂਕਿ ਮੇਰੇ ਗੁਰੂ ਸੀ, ਮੇਰਾ ਸਭ ਕੁਛ ਸੀ, ਸਾਡੇ ਘਰ ਦਾ ਸਭ ਕੁਛ ਸੀ, ਉਹ ਆਣ ਬਾਣ ਸ਼ਾਨ ਉਹਨਾਂ ਦੇ ਕਰੈਕਟਰ ਬਾਰੇ ਤਾਂ ਮੈਂ ਇੱਕੋ ਗੱਲ ਜਿਹੜੀ ਕਬੀਰ ਜੀ ਨੇ ਕਹੀ ਹੈ, ਕਬੀਰਾ ਜਬ ਹਮ ਜਨਮੇ ਜਗ ਹਸਾ ਹਮ ਰੋਏ, ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਏ। ਜਿਨ੍ਹਾਂ ਜਿਨ੍ਹਾਂ ਨੇ ਵੀ ਉਹਨਾਂ ਦੇ ਆਖਰੀ ਸਵਾਸ ਜਦੋਂ ਉਹਨਾਂ ਨੇ ਲਿਆ, ਜਿਨ੍ਹਾਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਵੇਖਿਆ, ਉਹ ਬਿਲਕੁਲ ਕਬੀਰ ਦੇ ਤੋਏ 'ਤੇ ਪੂਰੇ ਉਤਰਦੇ ਸੀ, ਐਂ ਹੱਸ ਕੇ ਗਏ, ਸਾਨੂੰ ਰੋਂਦਿਆਂ ਛੱਡ ਗਏ। ਭਗਵਾਨ ਨੇ ਇਹ ਹੱਟ 'ਤੇ ਬਹੁਤ ਧੱਕਾ ਕੀਤਾ, ਪਰ ਇਹ ਰੱਬ ਦਾ ਭਾਣਾ ਸਾਨੂੰ ਮੰਨਣਾ ਹੀ ਪੈਣਾ ਵਾ। ਰੱਬ ਸੱਚ ਵਾ, ਅਸੀਂ ਸਾਰੇ ਝੂਠ ਵਾਂ। ਮੈਂ ਇੰਨਾ ਗੱਲਾਂ ਕਹਿੰਦਾ, ਸਾਰੇ ਜਿੰਨੇ ਇੱਥੇ ਰਿਸ਼ਤੇਦਾਰ ਆਏ ਨੇ, ਲੀਡਰ ਸਾਹਿਬਾਨ ਆਏ, ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਲੰਗਰ ਦਾ ਪ੍ਰਸ਼ਾਦਾ ਤਿਆਰ ਆ, ਕੋਈ ਵੀ ਬਿਨਾਂ ਲੰਗਰ ਖਾਧਿਆਂ ਨਾ ਜਾਵੇ। ਮੈਂ ਇੱਕ ਵਾਰ ਫਿਰ ਦੁਬਾਰਾ ਤੋਂ ਆਪਣੇ ਦਿਲ ਤੋਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੈ ਸ਼੍ਰੀ ਰਾਮ। ਰਸਮ ਪਗੜੀ, ਰਸਮ ਪਗੜੀ, ਰਿਸ਼ਤੇਦਾਰ ਹੈ ਜਿਹੜੇ ਰਿਸ਼ਤੇਦਾਰ ਬੈਠੇ ਹਨ, ਬਾਕੀ ਸੰਗਤ ਭੋਜਨ ਤੋਂ ਬਗੈਰ ਨਾ ਜਾਏ। ਪਰਿਵਾਰ ਰਸਮ ਬਣਦੀ ਹੈ, ਠੀਕ ਹੈ ਜੀ, ਫਿਰ ਸਮਝ ਲੈਣ ਜਿਨ੍ਹਾਂ ਦੀ ਰਸਮ ਬਣਦੀ ਹੈ, ਜਿਨ੍ਹਾਂ